ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ, ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਜੋ ਬੰਦੀ ਛੋੜ ਖਾਲਸਾ ਵਿਖੇ ਆਰੰਭ ਕੀਤੀ ਸੀ ਉਹਨਾਂ ਦੀ ਗ੍ਰਿਫਤਾਰੀ ਕਾਰਨ ਰੁਕਾਵਟ ਆ ਗਈ ਸੀ, ਲੇਕਿਨ ਸਰਬੱਤ ਸੰਗਤਾਂ ਦੇ ਸਹਿਯੋਗ ਦਾ ਸਦਕਾ ਦਮਦਮੀ ਟਕਸਾਲ ਇਸ ਫਰਜ਼ ਨੂੰ ਸਮਝਦਿਆਂ ਹੋਇਆਂ ਪਿੱਛੇ 13 ਮਈ ਨੂੰ ਵੀ ਮੁਕਤਸਰ ਸਾਹਿਬ ਤੋਂ ਦਮਦਮਾ ਸਾਹਿਬ ਲਈ ਬੰਦੀ ਛੋੜ ਖਾਲਸਾ ਵਹੀਰ ਜਿਹੜੀ ਕੱਢੀ ਗਈ ਸੀ। ਹੁਣ 14 ਜੂਨ ਦਿਨ ਬੁੱਧਵਾਰ ਨੂੰ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਤੋਂ ਇਹ ਬੰਦੀ ਛੋੜ ਖਾਲਸਾ ਵਹੀਰ ਜਿਹੜੀ ਹੈ ਮੁੜ ਦੁਬਾਰਾ ਕੱਢੀ ਜਾ ਰਹੀ ਹੈ। 20ਵੀਂ ਸਦੀ ਦੇ ਮਹਾਨ ਸਿੱਖ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਜੱਦੀ ਨਗਰ ਜਨਮ ਅਸਥਾਨ ਗੁਰਦੁਆਰਾ ਸੰਤ ਖਾਲਸਾ ਵਿਖੇ ਸ਼ਾਮ ਨੂੰ ਪਹੁੰਚਣੀ ਹੈ। 15 ਤਰੀਕ ਨੂੰ ਸੰਗਰਾਂਦ ਵਾਲੇ ਦਿਨ ਭਾਰੀ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ ਹੈ। ਮੈਂ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਨਸ਼ਿਆਂ ਦੀ ਦਲਦਲ ਵਿੱਚੋਂ ਆਪਣੇ ਆਪ ਨੂੰ ਕੱਢੋ ਔਰ ਅੰਮ੍ਰਿਤ ਛੱਕ ਕੇ ਭੈਣਾਂ ਵੀਰ ਬਜ਼ੁਰਗ ਮਤਾਵਾਂ ਗੁਰੂ ਕੇ ਜਹਾਜ਼ 'ਤੇ ਚੜ੍ਹੀਏ ਤਾਂ ਕਿ ਜਵਾਨੀ ਜਿਹੜੀ ਪੰਜਾਬ ਦੀ ਉਹਨੂੰ ਬਚਾ ਸਕੀਏ। ਜੇਲ੍ਹਾਂ 'ਚ ਸਾਡੇ ਲੰਮੇ ਅਰਸੇ ਤੋਂ ਬੈਠੇ ਹੋਏ ਵੀਰਾਂ ਦੀ ਰਿਹਾਈ ਵਾਸਤੇ ਗੁਰੂ ਅੱਗੇ ਚਰਨਾਂ 'ਚ ਅਰਦਾਸ ਕਰੀਏ ਅਤੇ ਨਾਲੇ ਇਸ ਵਹੀਰ ਵਿੱਚ ਸ਼ਾਮਲ ਹੋ ਕੇ ਅੰਨੀ ਬੋਲੀ ਸਰਕਾਰ ਤੱਕ ਆਵਾਜ਼ ਪਹੁੰਚਾ ਸਕੀਏ ਕਿ ਸਾਡੇ ਵੀਰਾਂ ਦੀਆਂ ਰਿਹਾਈਆਂ ਕੀਤੀਆਂ ਜਾਣ, ਪੰਜਾਬ ਦੇ ਅੰਦਰ ਨਸ਼ਿਆਂ ਤੋਂ ਮੁਕਤ ਕਰਕੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਅਸੀਂ ਜੁੜ ਸਕੀਏ। ਇਹ ਮੈਂ ਸਾਰੀਆਂ ਸੰਪਰਦਾਵਾਂ ਦੇ ਆਗੂ ਸਾਹਿਬਾਨਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਹੁੰਮ ਹੁਮਾ ਕੇ 14 ਜੂਨ ਦਿਨ ਬੁੱਧਵਾਰ ਨੂੰ ਖਾਲਸਾ ਵਹੀਰ ਦੇ ਵਿੱਚ ਆਪੋ ਆਪਣੀਆਂ ਗੱਡੀਆਂ ਮੋਟਰਾਂ ਲੈ ਕੇ ਸ਼ਮੂਲੀਅਤ ਕਰਨ ਦਾ ਯਤਨ ਕਰੋ। ਬਹੁਤ ਬਹੁਤ ਧੰਨਵਾਦ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ, ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਜੋ ਬੰਦੀ ਛੋੜ ਖਾਲਸਾ ਵਿਖੇ ਆਰੰਭ ਕੀਤੀ ਸੀ ਉਹਨਾਂ ਦੀ ਗ੍ਰਿਫਤਾਰੀ ਕਾਰਨ ਰੁਕਾਵਟ ਆ ਗਈ ਸੀ, ਲੇਕਿਨ ਸਰਬੱਤ ਸੰਗਤਾਂ ਦੇ ਸਹਿਯੋਗ ਦਾ ਸਦਕਾ ਦਮਦਮੀ ਟਕਸਾਲ ਇਸ ਫਰਜ਼ ਨੂੰ ਸਮਝਦਿਆਂ ਹੋਇਆਂ ਪਿੱਛੇ 13 ਮਈ ਨੂੰ ਵੀ ਮੁਕਤਸਰ ਸਾਹਿਬ ਤੋਂ ਦਮਦਮਾ ਸਾਹਿਬ ਲਈ ਬੰਦੀ ਛੋੜ ਖਾਲਸਾ ਵਹੀਰ ਜਿਹੜੀ ਕੱਢੀ ਗਈ ਸੀ। ਹੁਣ 14 ਜੂਨ ਦਿਨ ਬੁੱਧਵਾਰ ਨੂੰ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਤੋਂ ਇਹ ਬੰਦੀ ਛੋੜ ਖਾਲਸਾ ਵਹੀਰ ਜਿਹੜੀ ਹੈ ਮੁੜ ਦੁਬਾਰਾ ਕੱਢੀ ਜਾ ਰਹੀ ਹੈ। 20ਵੀਂ ਸਦੀ ਦੇ ਮਹਾਨ ਸਿੱਖ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਜੱਦੀ ਨਗਰ ਜਨਮ ਅਸਥਾਨ ਗੁਰਦੁਆਰਾ ਸੰਤ ਖਾਲਸਾ ਵਿਖੇ ਸ਼ਾਮ ਨੂੰ ਪਹੁੰਚਣੀ ਹੈ। 15 ਤਰੀਕ ਨੂੰ ਸੰਗਰਾਂਦ ਵਾਲੇ ਦਿਨ ਭਾਰੀ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ ਹੈ। ਮੈਂ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਨਸ਼ਿਆਂ ਦੀ ਦਲਦਲ ਵਿੱਚੋਂ ਆਪਣੇ ਆਪ ਨੂੰ ਕੱਢੋ ਔਰ ਅੰਮ੍ਰਿਤ ਛੱਕ ਕੇ ਭੈਣਾਂ ਵੀਰ ਬਜ਼ੁਰਗ ਮਤਾਵਾਂ ਗੁਰੂ ਕੇ ਜਹਾਜ਼ 'ਤੇ ਚੜ੍ਹੀਏ ਤਾਂ ਕਿ ਜਵਾਨੀ ਜਿਹੜੀ ਪੰਜਾਬ ਦੀ ਉਹਨੂੰ ਬਚਾ ਸਕੀਏ। ਜੇਲ੍ਹਾਂ 'ਚ ਸਾਡੇ ਲੰਮੇ ਅਰਸੇ ਤੋਂ ਬੈਠੇ ਹੋਏ ਵੀਰਾਂ ਦੀ ਰਿਹਾਈ ਵਾਸਤੇ ਗੁਰੂ ਅੱਗੇ ਚਰਨਾਂ 'ਚ ਅਰਦਾਸ ਕਰੀਏ ਅਤੇ ਨਾਲੇ ਇਸ ਵਹੀਰ ਵਿੱਚ ਸ਼ਾਮਲ ਹੋ ਕੇ ਅੰਨੀ ਬੋਲੀ ਸਰਕਾਰ ਤੱਕ ਆਵਾਜ਼ ਪਹੁੰਚਾ ਸਕੀਏ ਕਿ ਸਾਡੇ ਵੀਰਾਂ ਦੀਆਂ ਰਿਹਾਈਆਂ ਕੀਤੀਆਂ ਜਾਣ, ਪੰਜਾਬ ਦੇ ਅੰਦਰ ਨਸ਼ਿਆਂ ਤੋਂ ਮੁਕਤ ਕਰਕੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਅਸੀਂ ਜੁੜ ਸਕੀਏ। ਇਹ ਮੈਂ ਸਾਰੀਆਂ ਸੰਪਰਦਾਵਾਂ ਦੇ ਆਗੂ ਸਾਹਿਬਾਨਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਹੁੰਮ ਹੁਮਾ ਕੇ 14 ਜੂਨ ਦਿਨ ਬੁੱਧਵਾਰ ਨੂੰ ਖਾਲਸਾ ਵਹੀਰ ਦੇ ਵਿੱਚ ਆਪੋ ਆਪਣੀਆਂ ਗੱਡੀਆਂ ਮੋਟਰਾਂ ਲੈ ਕੇ ਸ਼ਮੂਲੀਅਤ ਕਰਨ ਦਾ ਯਤਨ ਕਰੋ। ਬਹੁਤ ਬਹੁਤ ਧੰਨਵਾਦ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ